ਚੌਕੇ ਨਾਲ ਸੱਚਾਈਆਂ ਗਾਉਣ, ਪਰ ਉਸ ਨੂੰ ਮੈਂ ਨਹੀਂ ਪੇਸ਼ ਕਰਾਂਗਾ। ਸਾਡੇ ਬਹੁਤ ਸਤਿਕਾਰਯੋਗ ਮੱਖਣ ਬਰਾੜ ਸਾਹਿਬ, ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਉਸ ਵਿੱਚ ਉਹ ਉਸ ਇਨਸਾਨ ਨੂੰ ਪੇਸ਼ ਕਰਕੇ ਜਿਹੜਾ ਕਦੇ ਦਿੱਲੀ ਅਤੇ ਲਾਹੌਰ ਦਾ ਮੇਲ ਕਰਾਉਣ ਦੀ ਗੱਲ ਕਰਦਾ, ਹੋਵੇ ਕਿਤੇ ਮੇਲ ਰੱਬਾ ਦਿੱਲੀ ਅਤੇ ਲਾਹੌਰ ਦਾ। ਸੋ ਬਹੁਤ ਹੀ ਹੈਲਪ ਕੀਤਾ ਦੇ ਨਾਲ ਪੰਜਾਬ ਦੇ ਵਿੱਚੋਂ ਆਪਣੇ ਬਿਜੀ ਸ਼ਡਿਊਲ ਤੋਂ ਟਾਈਮ ਕੱਢ ਕੇ ਸਾਡੇ ਮੈਂ ਪਹੁੰਚਿਆ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਸਾਰੇ ਆਪਣੇ ਸਮੇਂ ਦੇ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਸੋ ਵਖਣ ਬਰਾੜ ਸਾਹਿਬ, ਇੱਕ ਵਾਰੀ ਆਪਦੇ ਨਾਲ ਤਾੜੀ ਮਾਰ ਲਓ। ਨਾ ਹੁਣ ਜੇ ਸਾਡੀ ਕੋਈ ਗੱਲ ਚੰਗੀ ਲੱਗੇ ਤਾਂ ਤਾੜੀ ਮਾਰੋ, ਤੇ ਅਸੀਂ ਨਹੀਂ ਕਹੋ ਕਹਿਣਾ ਵੀ ਤਾੜੀ ਮਾਰੋ। ਅਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ, ਤੇ ਪਟਾ ਹੋਵੇ ਤਾਂ ਵੱਟਾ ਕੋਈ ਮਾਰਦਾ ਨਹੀਂ। ਅਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ, ਤੇ ਪਟਾ ਹੋਵੇ ਤਾਂ ਵੱਟਾ ਕੋਈ ਮਾਰਦਾ ਨਹੀਂ, ਤੇ ਵੋਟਾਂ ਬਾਹਲੀਆਂ ਤੇ ਜਿੱਤਿਆ ਹੋਵੇ ਲੀਡਰ ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ। ਵੋਟਾਂ ਬਾਹਲੀਆਂ ਤੇ ਜਿੱਤਿਆ ਹੋਵੇ ਲੀਡਰ ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ, ਤੇ ਇੱਜ਼ਤ ਮਾਪਿਆਂ ਦੀ ਪੈਰਾਂ ਵਿੱਚ ਰੋਣੇ, ਤੇ ਚੰਗਾ ਕੰਮ ਏ ਉਸ ਮੁਟਿਆਰ ਦਾ ਨਹੀਂ, ਤੇ ਜਿਹੜੇ ਗਾਣੇ ਤੋਂ ਨਗੇਜ ਦੀ ਝੱਕ ਮਾਰੇ ਤੇ ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ, ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ। ਤਾਂ ਤੁਸੀਂ ਸਾਨੂੰ ਕਲਾਕਾਰ ਬਣਾਉਣ ਵਾਲੇ ਹੋ, ਸਾਡੇ ਕੰਮ ਨੂੰ ਹੌਸਲਾ ਦੇਣ ਵਾਲੇ ਹੋ, ਦਿਲ ਹਰਦੀਪ ਨੂੰ ਹੋਰ ਹੌਸਲਾ ਦੇਣ ਵਾਲਾ ਤੇ ਹਿੱਕ ਦੇ ਜ਼ੋਰ ਨਾਲ ਗਾਵੇ ਜਿਵੇਂ ਕਿ ਸਾਡੇ ਸਟੇਜ ਸੈਕਟਰੀ ਸਾਹਿਬ। ਬ
ਦੇਸ਼ ਦੇ ਮਸਲੇ ਦਰਪੇਸ਼ ਮੁਸ਼ਕਲਾਂ ਕਦੇ ਕਦੇ ਗਾਣੇ ਵਿੱਚ ਜ਼ਿਕਰ ਕਰ ਲਈਦਾ ਮੰਗਲ ਖੂਰ ਦਾ ਕੀ ਦੇਸ਼ ਮੇਲੇ ਵਿੱਚ ਕੀ ਹੋਵੇ ਸਾਰ ਹਾਲ ਸੁਣ ਹਵਾ ਅੱਜ ਮੇਰਾ ਜੀ ਕਰਦਾ ਹੈ ਅੱਜ ਮੇਰਾ ਜੀ ਕਰਦਾ ਜਿੰਦਾ ਵਜਾ ਕੇ ਘਰ ਘਰ ਬਾਬੇ ਪੜਦੇ ਜਾਂਦੇ ਚੋਰ ਕੋਲ ਕਾਂ ਭਰਦੇ ਜਾਂਦੇ